ਚੋਣਾਂ ਦਾ ਜੇਕਰ ਗੱਲ ਕਰੀਏ ਸੋ ਇੱਕ ਪੜਾਅ ਜਿਹੜਾ ਵਾ ਉਹ ਖਤਮ ਹੋਣ ਵਾਲਾ ਔਰ ਕੱਲ੍ਹ ਤੋਂ ਜਿਹੜੀਆਂ ਨਾਮਜ਼ਦਗੀਆਂ ਜਿਹੜੀਆਂ ਦਾਖਲ ਹੋ ਰਹੀਆਂ ਸੋ ਅੱਜ ਹਲਕਾ ਦੱਖਣੀ ਦੇ ਵਿੱਚ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਐਮ ਪੀ ਨੇ ਉਹਨਾਂ ਦੀ ਵਾਈਫ ਜਿਹੜੀ ਆ ਅਨਦਿਲ ਕੌਰ ਅਤੇ ਉਹਨਾਂ ਦੀ ਬੇਟੀ ਆ ਔਰ ਬੇਟਾ ਜਿਹੜੇ ਆ ਉਹ ਬਿਲਕੁਲ ਆਪਣੇ ਸਮਰਥਕਾਂ ਨਾਲ ਪ੍ਰਚਾਰ ਕਰ ਰਹੇ ਔਰ ਚੋਣ ਪ੍ਰਚਾਰ ਸੋ ਮੈਡਮ ਇੱਕ ਪੜਾਅ ਖਤਮ ਹੋਣ ਵਾਲਾ ਕੱਲ੍ਹ ਤੋਂ ਨਾਮਜ਼ਦਗੀਆਂ ਸੋ ਕਾਂਗਰਸ ਦੀ ਗੱਲ ਕਰੀਏ ਸੋ ਲਗਾਤਾਰ ਕਾਂਗਰਸੀ ਵਰਕਰ ਮੈਦਾਨ 'ਚ ਉਤਰੇ ਆ ਔਰ ਤੁਸੀਂ ਅੱਜ ਹਲਕਾ ਦੱਖਣੀ ਪਹੁੰਚੇ ਹੋ ਜੀ ਬਿਲਕੁਲ ਹਲਕਾ ਦੱਖਣੀ ਪਹੁੰਚੇ ਹਾਂ ਅਸੀਂ ਆਪਣੇ ਵੱਲੋਂ ਪੂਰੀ ਜ਼ੋਰ ਸ਼ੋਰ ਨਾਲ ਔਜਲਾ ਜੀ ਲਈ ਕੈਂਪੇਨ ਕਰ ਰਹੇ ਹਾਂ ਔਰ ਬਹੁਤ ਹੀ ਪੋਜ਼ਿਟਿਵ ਹੁੰਗਾਰਾ ਮਿਲ ਰਿਹਾ ਸਾਨੂੰ ਜਿੱਧਰ ਵੀ ਜਾ ਰਹੇ ਹਾਂ ਲੋਕਾਂ ਨੇ ਐਕਨੋਲੇਜ ਕੀਤਾ ਹੈ ਜਿਹੜੇ ਔਜਲਾ ਜੀ ਨੇ 70 ਸਾਲਾਂ ਦੇ ਕੰਮ ਨੇ ਉਹ ਲੋਕਾਂ ਨੇ ਐਕਸੈਪਟ ਕੀਤਾ ਲੋਕ ਖੁਸ਼ ਨੇ ਔਰ ਲੋਕ ਸਾਰੇ ਸਾਡੇ ਨਾਲ ਨੇ ਔਰ ਆਸ ਹੈ ਕਿ ਉਹ 1 ਜੂਨ ਨੂੰ ਆਪਣਾ ਮਤ ਦਾ ਦਾਨ ਦੇ ਕੇ ਔਜਲਾ ਜੀ ਨੂੰ ਦੁਬਾਰਾ ਤੋਂ ਦਿੱਲੀ ਪਹੁੰਚਾਉਣਗੇ ਇੱਕ ਤਰਫ ਅੰਮ੍ਰਿਤਸਰ ਦਾ ਪਰਿਵਾਰ 15 ਲੱਖ ਤੋਂ ਵੱਧ ਵੋਟਰ ਉਸ ਤੋਂ ਬਾਅਦ ਆਪਣਾ ਪਰਿਵਾਰ ਵੀ ਨਾਲ ਲੈ ਕੇ ਚੱਲ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਮੈਨੂੰ ਤਾਂ ਲੱਗ ਰਿਹਾ ਮੇਰਾ ਪਰਿਵਾਰ ਸਿਰਫ ਇਹ ਨਹੀਂ ਹੈ ਮੇਰਾ ਪਰਿਵਾਰ ਪੂਰਾ ਅੰਮ੍ਰਿਤਸਰ ਆ ਕਿਉਂਕਿ ਪੂਰੇ ਅੰਮ੍ਰਿਤਸਰ ਦਾ ਹੁੰਗਾਰਾ ਸਾਡੇ ਨਾਲ ਆ ਸੋ ਸਿਰਫ ਇੰਨਾ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ ਇਹ ਤਾਂ ਹੈ ਹੀ ਆ ਸਾਡਾ ਪਰਿਵਾਰ ਪੂਰਾ ਅੰਮ੍ਰਿਤਸਰ ਆ ਜੀ ਪੂਰੀ ਟੀਮ ਆ ਔਰ ਔਜਲਾ ਜੀ ਹਮੇਸ਼ਾ ਤਤਪਰ ਨੇ ਅੰਮ੍ਰਿਤਸਰ ਦੇ ਲੋਕਾਂ ਦੇ ਹਿੱਤਾਂ ਦੀਆਂ ਆਵਾਜ਼ਾਂ ਚੁੱਕਣੀਆਂ ਔਰ ਉਹਨਾਂ ਦੇ ਲਈ ਕੰਮ ਕਰਨੇ ਸੋ ਮੇਰਾ ਪਰਿਵਾਰ ਸਿਰਫ ਇੱਥੋਂ ਤੱਕ ਸੀਮਤ ਨਹੀਂ ਹੈ ਮੇਰਾ ਪਰਿਵਾਰ ਪੂਰਾ ਅੰਮ੍ਰਿਤਸਰ ਹੈ ਲੋਕ ਵੀ ਖੁਸ਼ ਹੋ ਰਹੇ ਮੈਡਮ ਵੀ ਆ ਰਹੇ ਔਰ ਕਹਿ ਵੀ ਰਹੇ ਕਿ ਤੁਹਾਨੂੰ ਆਉਣ ਦੀ ਲੋੜ ਨਹੀਂ ਅਸੀਂ ਤਾਂ ਵੇਟ ਕਰ ਰਹੇ ਹਾਂ ਕਿ ਕਦੋਂ 1 ਜੂਨ ਆਏਗੀ ਔਰ ਔਜਲਾ ਸਾਹਿਬ ਨੂੰ ਜਿਹੜਾ ਫਿਰ ਇੱਕ ਵਾਰੀ ਤੀਜੀ ਵਾਰ ਜਿਹੜਾ ਹੈਟ੍ਰਿਕ ਕਰਾਵਾਂਗੇ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਬੜਾ ਹੀ ਅੱਛਾ ਹੁੰਗਾਰਾ ਮਿਲ ਰਿਹਾ ਔਰ ਲੋਕਾਂ ਦੀ ਆਪਣੇ ਦਿਲ ਦੀ ਆਵਾਜ਼ ਹੈ ਕਿ ਤੁਸੀਂ ਜਿੱਤੇ ਹੋਏ ਹੋ ਔਰ ਤੁਹਾਨੂੰ ਨਿਕਲਣ ਦੀ ਲੋੜ ਨਹੀਂ ਪਰ ਦੇਖੋ ਇਹ ਮੁਕਾਬਲਾ ਹੈ 4-cornered ਵਾਰ ਆ 4 ਕੈਂਡੀਡੇਟਸ ਉਤਰੇ ਹੋਏ ਆ ਪਰ ਅਸੀਂ ਅਵੇਸਲੇ ਨਹੀਂ ਹੋ ਸਕਦੇ ਅਸੀਂ ਆਪਣੇ ਲੈਵਲ 'ਤੇ ਆਪਣਾ ਜ਼ੋਰ ਲਗਾਈ ਜਾਣਾ ਵਿਜ਼ਨ ਆਫ ਔਜਲਾ ਜਿਹੜਾ ਹੈਗਾ ਵਾ ਅੰਮ੍ਰਿਤਸਰ ਦੇ ਲਈ ਕਿਸ ਤਰ੍ਹਾਂ ਲੋਕਾਂ ਨੂੰ ਤੁਸੀਂ ਦੇ ਰਹੇ ਹੋ ਔਰ ਲੋਕ ਕੀ ਕਹਿ ਰਹੇ ਹੋ ਤੁਹਾਡੇ ਦੇਖੋ ਜੋ ਔਜਲਾ ਜੀ ਨੇ ਕੰਮ ਕੀਤੇ ਨੇ ਤੁਹਾਡੇ ਸਾਹਮਣੇ ਨੇ ਸੜਕਾਂ ਦਾ ਹੋਵੇ ਜਾਂ ਹੋਸਪਿਟਲਸ ਦਾ ਹੋਵੇ ਜਾਂ ਹੋਰ ਸਹੂਲਤਾਂ ਕੋਈ ਏਅਰਪੋਰਟ ਦਾ ਜਾਂ ਵਿਸਥਾਰ ਹੋਵੇ ਜਾਂ ਟ੍ਰੇਨਸ ਦਾ ਪਲੇਟਫਾਰਮਸ ਦਾ ਵਿਸਥਾਰ ਹੋਵੇ ਉਹ ਆਲਰੇਡੀ ਪ੍ਰਤੱਖ ਆ ਜੋ 70 ਸਾਲਾਂ 'ਚ ਕੀਤਾ ਉਹ ਜਨਤਾ ਦੇ ਕਚਹਿਰੀ 'ਚੋਂ ਪੂਰਾ ਉਤਰੇ ਨੇ ਔਰ ਜੋ ਔਜਲਾ ਜੀ ਦਾ ਵਿਜ਼ਨ ਆ ਇਹ ਵੀ ਜਨਤਾ ਦੀ ਹੈਲਪ ਦੇ ਨਾਲ ਉਹ ਪੂਰਾ ਅਗਲੇ 5 ਸਾਲ ਪੂਰਾ ਇੰਨਾ ਇਸ ਵਿਜ਼ਨਸ 'ਤੇ ਕੰਮ ਕੀਤਾ ਜਾਊਗਾ ਔਰ ਇਹ ਵਿਜ਼ਨਸ ਨੂੰ ਮੁਕੰਮਲ ਕੀਤਾ ਜਾਊਗਾ ਬਿਲਕੁਲ ਫੈਮਿਲੀ ਉਤਰੀ ਔਰ ਬੇਟੀ ਵੀ ਉਤਰੀ ਆ ਕਿਸ ਤਰ੍ਹਾਂ ਲੱਗ ਰਿਹਾ ਜਦੋਂ ਪਾਪਾ ਦੇ ਲਈ ਸੜਕਾਂ 'ਤੇ ਉਸ ਆਪਣੇ ਪਰਿਵਾਰ ਦੇ ਨਾਲ ਨਾਲ ਇੱਕ ਅੰਮ੍ਰਿਤਸਰ ਦਾ ਪਰਿਵਾਰ ਦੇ ਲਈ ਪਾਪਾ ਲਈ ਵੋਟ ਮੰਗਣੇ ਬਹੁਤ ਵਧੀਆ ਲੱਗ ਰਿਹਾ ਹੈ ਸਾਨੂੰ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਸਾਡੇ ਪਰਿਵਾਰ ਨੂੰ ਇਹ ਮੌਕਾ ਮਿਲਿਆ ਕਿ ਅਸੀਂ ਅੰਮ੍ਰਿਤਸਰ ਦੀ ਸੇਵਾ ਕਰ ਸਕੀਏ ਐਂਡ ਅਸੀਂ ਬਹੁਤ 2 ਵਾਰੀ ਮੌਕਾ ਮਿਲਿਆ ਤੀਸਰੀ ਵਾਰ ਫਿਰ ਹੈਟ੍ਰਿਕ ਦੇ ਚਾਂਸ ਦੇ ਵਿੱਚ ਇਤਿਹਾਸ ਵੀ ਗਵਾਹ ਹੈਗਾ ਵਾ ਸੋ ਲੱਗਦਾ ਹੈਟ੍ਰਿਕ ਹੋਏਗਾ ਬਿਲਕੁਲ ਹੋਏਗਾ ਜੀ ਬਿਲਕੁਲ ਹੋਏਗਾ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਰੇ ਅੰਮ੍ਰਿਤਸਰ ਸ਼ਹਿਰ ਤੋਂ ਲੋਕ ਬਹੁਤ ਖੁਸ਼ ਨੇ ਉਹਨਾਂ ਤੋਂ ਉਹਨਾਂ ਦੇ ਕੰਮਾਂ ਤੋਂ ਜੋ ਉਹਨਾਂ ਨੇ 7 ਸਾਲ 'ਚ ਕੀਤੇ ਨੇ ਐਂਡ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਤੀਸਰੀ ਵਾਰ ਵਿੱਚ ਇੱਕ ਟਾਈਮ ਇੱਥੇ ਸਪੈਂਡ ਕਰਦੇ ਇੱਕ ਫੈਮਿਲੀ 'ਚ ਟਾਈਮ ਸਪੈਂਡ ਕਰਦੇ ਜਦੋਂ ਪਾਪਾ ਨਾਲ ਬੈਠਦੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਮਾਹੌਲ ਵਧੀਆ ਫਿਲਹਾਲ ਤਾਂ ਸਾਰੇ ਹੀ ਬਹੁਤ ਬਿਜ਼ੀ ਨੇ ਸਾਰੇ ਹੀ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਹੋਰ ਬਿਜ਼ੀ ਹੋ ਰਹੇ ਨਾਮਜ਼ਦਗੀਆਂ ਦੇ ਬਾਅਦ ਤੇ ਟਾਈਮ ਹੀ ਨਹੀਂ ਲੱਗਣਾ ਘਰ 'ਚ ਕੌਣ ਆ ਰਿਹਾ ਜਾ ਰਿਹਾ ਪਤਾ ਹੀ ਨਹੀਂ ਲੱਗਣਾ ਅਸੀਂ ਇਹ ਚੀਜ਼ ਚੂਜ਼ ਕੀਤੀ ਹੈ ਅਸੀਂ ਉਹਨਾਂ ਦੇ ਨਾਲ ਹਾਂ ਚਾਹੇ ਉਸ ਟਾਈਮ ਸਾਰਾ ਅੰਮ੍ਰਿਤਸਰ ਦੇ ਲੋਕਾਂ 'ਚ ਵਿੱਚ ਵੀ ਸਪੈਂਡ ਕਰਦੇ ਨੇ ਸਾਨੂੰ ਖੁਸ਼ੀ ਹੈ ਇਸ ਚੀਜ਼ ਬਾਬਰ ਜੀ ਤੁਸੀਂ ਵੀ ਬਾਹਰ ਵੀ ਜਾਂਦੇ ਫੋਰਨ ਵੀ ਰਹਿੰਦੇ ਲੇਕਿਨ ਲਗਾਤਾਰ ਅੰਮ੍ਰਿਤਸਰ ਵਾਪਸ ਵੀ ਆਉਂਦੇ ਰਹਿੰਦੇ ਕੀ ਅੰਮ੍ਰਿਤਸਰ ਦੀ ਖਿੱਚ ਹੈਗੀ ਔਰ ਪਾਪਾ ਲਈ ਚੋਣ ਪ੍ਰਚਾਰ ਕਰ ਰਹੇ ਹੋ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਦਾ ਜੀ ਮੈਂ ਫੋਰਨ ਰਹਿੰਦਾ ਸੀ ਹੁਣ ਰਹਿੰਦਾ ਨਹੀਂ ਹੈ ਮੈਂ ਵਾਪਸ ਆ ਗਿਆ ਹਾਂ ਇੱਥੇ ਹੀ ਹਾਂ ਨਾਲੇ ਚੋਣ ਪ੍ਰਚਾਰ 'ਤੇ ਜੀ ਦੇਖੋ ਇਹ ਤਾਂ
ਜੋ ਹੁਣ ਕੰਮ ਕੀਤੇ ਨੇ ਅਸੀਂ ਤਾਂ ਉਹ ਦੱਸਣਾ ਆ, ਚੋਣ ਪ੍ਰਚਾਰ ਨਹੀਂ ਇਹਨੂੰ ਕਹਾਂਗੇ, ਇਹਨੂੰ ਕਹਾਂਗੇ ਜੀ ਆਪਣਾ ਹੱਕ ਲੈਣਾ ਆ, ਜੇ ਕੰਮ ਕੀਤੇ ਨੇ ਤਾਂ ਫਿਰ ਕੰਮਾਂ ਦੇ ਸਿਰ 'ਤੇ ਵੋਟ ਲੈਣਾ ਹੈ। ਸੋ ਬਿਲਕੁਲ ਹੱਕ ਲਿਆਏ, ਔਰ ਮੈਨੀਫੈਸਟੋ ਵੀ ਜੇਕਰ ਗੱਲ ਕਰਾਂ ਉਹ ਵਿਜ਼ਨ ਆਫ ਔਜਲਾ ਜਿਹੜਾ ਵਾ ਉਸ ਨੂੰ ਲੈ ਕੇ ਸਾਰਾ ਕੁਝ ਦੱਸਿਆ ਗਿਆ, ਵਿਰੋਧੀਆਂ ਨੂੰ ਵੀ ਜਵਾਬ ਦਿੱਤਾ ਜੀ। ਵੇਖੋ ਜੀ ਵਿਜ਼ਨ ਤਾਂ ਸਿਰਫ ਲਾਸਟ ਪੇਜ 'ਤੇ ਆ, ਬਾਕੀ ਸਾਰਿਆਂ ਨੇ ਦੱਸਣਾ ਹੈ ਕੀ ਕਰਨਾ ਹੈ, ਅਸੀਂ ਕਰਕੇ ਕੰਮ ਫਿਰ ਆਏ ਹਾਂ ਕਿ ਅਸੀਂ ਇਹ ਕੀਤਾ ਹੈ। ਸੋ ਤਿੰਨ ਪੇਜ ਸਾਡੇ ਭਰੇ ਨੇ ਕੰਮ ਕੀਤਿਆਂ ਦੇ ਨਾਲ ਅਤੇ ਇੱਕ ਪੇਜ ਉਹ ਆ ਜਿਹੜਾ ਅਸੀਂ ਗਾਂਹ ਕੰਮ ਕਰਨੇ ਨੇ। ਸੋ ਮੇਰੇ ਹਿਸਾਬ ਨਾਲ ਸਫੀਸ਼ੀਐਂਟ ਕੰਮ ਨੇ, ਲੋਕ ਸਿਆਣੇ ਨੇ, ਲੋਕ ਸਮਝਦੇ ਨੇ, ਅਤੇ ਇਸ ਵਾਰ ਫਿਰ ਅਸੀਂ ਤੀਸਰੀ ਵਾਰ ਹੈਟ੍ਰਿਕ ਮਾਰਨ ਜਾਵਾਂਗੇ। ਇੱਕ ਤਰਫ ਔਜਲਾ ਸਾਹਿਬ ਤੁਹਾਡੇ ਫਾਦਰ ਸਾਹਿਬ ਜ਼ਿੰਮੇਵਾਰੀ ਨਿਭਾ ਰਹੇ ਆ, ਇੱਕ ਤਰਫ ਤੁਸੀਂ ਜ਼ਿੰਮੇਵਾਰੀ ਨਿਭਾ ਰਹੇ, ਦੋਨੋਂ ਜ਼ਿੰਮੇਵਾਰੀ ਕਿਸ ਤਰ੍ਹਾਂ ਦੇਖਦੇ ਹੋ? ਸਾਰਿਆਂ ਨੇ ਜ਼ਿੰਮੇਵਾਰੀ ਨਿਭਾਉਣੀ ਹੈ ਜੀ। ਤੁਸੀਂ ਦੇਖੋ ਸਾਡਾ ਪਰਿਵਾਰ ਬਹੁਤ ਵੱਡਾ ਹੈ, ਇਕੱਲੀ ਪਾਪਾ ਦੀ ਥੋੜ੍ਹੀ ਜ਼ਿੰਮੇਵਾਰੀ ਹੈ ਜੀ। ਹੁਣ ਜਦੋਂ ਉਸ ਤੋਂ ਜਦੋਂ ਇਹਦੇ ਵਿੱਚ ਪੈ ਹੀ ਗਏ, ਜੇ ਹੁਣ ਜਿਸੇ ਡਾਏ ਜਾਂ ਫਿਰ ਚੰਗੀ ਤਰ੍ਹਾਂ ਡਾਓ, ਜਿਹੜੀ ਸਿੱਧੀ ਗੱਲ ਹੈ, ਫਿਰ ਹੁਣ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਕੰਮਾਂ ਦੇ ਆਧਾਰ 'ਤੇ ਲੋਕਾਂ ਦੀ ਕੀ ਜ਼ਿੰਮੇਵਾਰੀ? ਲੋਕਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਉਹ ਘੱਟੋ ਘੱਟ ਦੇਖਣ ਸਹੀ, ਜਿਹਦਾ ਇੱਕ ਅਸੀਂ ਕਹਿ ਦਿੰਦੇ ਕਿ ਕੁਛ ਨਹੀਂ ਕੀਤਾ ਵਾਲੇ ਬਿਆਨ ਨੇ ਜਿਹੜੇ ਹੁਣ ਉਹਨਾਂ ਦੇ ਮਤਲਬ ਉਹਨਾਂ ਨੂੰ ਚੁੱਪ ਕਰਾਉਣ ਲਈ ਇਹ ਕੱਢਿਆ ਗਿਆ ਹੈ ਕਿ ਕੁਛ ਤਾਂ ਕੀਤਾ ਹੈ। ਸੋ ਮੈਂ ਕਹੂੰਗਾ ਕਿ ਸਾਰਾ ਕੁਛ ਦੇਖਣ, ਜੋ ਕੁਛ ਵੀ ਕੀਤਾ ਹੈ ਜੇ ਚੰਗਾ ਲੱਗੇਗਾ ਤਾਂ ਵੋਟ ਜ਼ਰੂਰ। ਸੋ ਬਿਲਕੁਲ ਕੱਲ੍ਹ ਨਾਮਜ਼ਦਗੀਆਂ ਸ਼ੁਰੂ ਹੋ ਰਹੀ ਹੈ, ਸੋ ਅੱਜ ਹਲਕਾ ਦੱਖਣੀ ਦੇ ਵਿੱਚ ਜਿਹੜੀ ਆ ਲੋਕ ਚੋਣ ਪ੍ਰਚਾਰ। ਸੋ ਹਰਿੰਦਰ ਜੀ, ਹਰਿੰਦਰ ਜੀ ਤੁਸੀਂ ਵੀ ਨਾਲ ਹੈਗੇ, ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਨਾਲ ਹੀ ਹਾਂ ਜੀ, ਸਾਰੇ ਆਪਣੇ ਪ੍ਰੇਮ ਪਿਆਰ ਹੈ, ਫੈਮਿਲੀ ਹੈ ਆਪਣੀ ਸਾਰੀ। ਸੋ ਫੈਮਿਲੀ ਹੈ ਔਰ ਅੱਜ ਪੂਰੀ ਔਜਲਾ ਸਾਹਿਬ ਦੀ ਫੈਮਿਲੀ ਨਾਲ ਚੱਲ ਰਹੀ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇੱਥੇ ਲੋਕ ਵੀ ਨਾਲ ਚੱਲ ਰਹੇ ਔਰ ਲੋਕ ਪਿਆਰ ਦੇ ਰਹੇ, ਔਰ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਲਗਾਤਾਰ ਜਿਹੜੀ ਹਲਕਾ ਦੱਖਣੀ ਦੇ ਵਿੱਚ ਜਿਹੜੇ ਲੋਕ ਚੱਲ ਰਹੇ ਆ, ਸੋ ਲੋਕਾਂ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਡੋਰ ਟੂ ਡੋਰ ਜਿਹੜਾ ਵਾ ਚੋਣ ਪ੍ਰਚਾਰ ਉਹ ਕੀਤਾ ਜਾ ਰਿਹਾ, ਔਰ ਉਹਨਾਂ ਦੀ ਬੇਟੀ ਵੀ ਹੈ ਔਰ ਉਹਨਾਂ ਦੇ ਬੇਟੇ ਜਿਹੜੇ ਆ ਉਹ ਵੀ ਲਗਾਤਾਰ ਇਸ ਚੋਣ ਪ੍ਰਚਾਰ ਦੇ ਵਿੱਚ ਜਿਹੜੇ ਉਤਰੇ ਹੋਏ ਆ ਔਰ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਆ, ਔਰ ਲੋਕਾਂ ਨੂੰ ਗੁਰਜੀਤ ਸਿੰਘ ਔਜਲਾ ਦੇ ਕੰਮਾਂ ਦੇ ਬਾਰੇ ਦੱਸ ਰਹੇ ਆ ਕਿ ਗੁਰਜੀਤ ਸਿੰਘ ਔਜਲਾ ਦੇ ਕੰਮ ਜਿਹੜੇ ਆ ਉਹ ਬਿਲਕੁਲ ਕਿਸ ਤਰ੍ਹਾਂ ਜਿਹੜੇ ਆ ਕੰਮ ਜਿਹੜੇ ਕੀਤੇ ਜਾ ਰਹੇ ਔਰ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ। ਸੋ ਹਰ ਤਰਫ ਜਿਹੜੇ ਗੁਰਜੀਤ ਸਿੰਘ ਔਜਲਾ ਜਿਹੜਾ ਵਿਜ਼ਨ ਆਫ ਅੰਮ੍ਰਿਤਸਰ, ਜਿਹੜਾ ਗੁਰਜੀਤ ਸਿੰਘ ਔਜਲਾ ਵੱਲੋਂ ਜਿਹੜਾ ਕੰਮ ਕੀਤਾ ਗਿਆ ਵਾ ਉਸ ਕੰਮਾਂ ਬਾਰੇ ਜਿਹੜੇ ਦੱਸ ਰਹੇ ਔਰ ਉਸ ਕੰਮਾਂ ਦੇ ਆਧਾਰ 'ਤੇ ਲੋਕਾਂ ਨੂੰ ਕਹਿ ਰਹੇ ਆ ਕਿ ਤੁਸੀਂ ਚੂਜ਼ ਕਰਨਾ ਹੈ ਗੁਰਜੀਤ ਸਿੰਘ ਔਜਲਾ ਨੂੰ ਤੀਸਰੀ ਵਾਰ ਜਿਹੜਾ ਹੈਟ੍ਰਿਕ ਕਰਾਉਣੀ ਆ ਜਾਂ ਤੁਸੀਂ ਉਹਨਾਂ ਦੇ ਕੰਮਾਂ ਨੂੰ ਦੇਖਣਾ। ਸੋ ਲਗਾਤਾਰ ਸੋ ਭਾਈ ਇੱਥੇ ਲੋਕ ਵੀ ਇੱਥੇ ਨਾਲ ਨਾਲ ਚੱਲ ਰਹੇ ਆ, ਸੋ ਗੱਲ ਕਰਦੇ ਹਾਂ ਅਤੇ ਕੀ ਨਾ ਭਾਈ ਤੁਹਾਡਾ ਗੁਰਜੀਤ ਸਿੰਘ ਔਜਲਾ ਦੇ ਕੰਮਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਾਰੇ ਕੰਮਕਾਰ ਤੁਹਾਨੂੰ ਪਤਾ ਹੀ ਆ ਜੀ, ਪਿਛਲੇ 7 ਸਾਲਾਂ 'ਚ 7,000 ਕਰੋੜ ਦਾ ਉਹਨਾਂ ਨੇ ਮਤਲਬ ਸਰਕਾਰ ਸਿਰ ਹੁੰਦੇ ਨਾ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਇੱਥੇ ਮਤੇ ਪਾਸ ਕਰਾਏ, ਅੱਗੇ ਵੀ ਕਰਾਉਂਦੇ ਰਹਿਣਗੇ। ਸਾਨੂੰ ਬਹੁਤ ਜ਼ਿਆਦਾ ਉਮੀਦ ਆ ਗੁਰਜੀਤ ਸਿੰਘ ਔਜਲਾ ਤੋਂ ਅਤੇ ਅੱਗੇ ਵੀ ਉਹਨਾਂ ਨਾਲ ਹੀ ਆ ਅਤੇ ਡਟ ਕੇ ਉਹਨਾਂ ਦੇ ਨਾਲ ਹੀ ਖੜੇ ਰਹੋ। ਹੈਟ੍ਰਿਕ ਕਰਨਗੇ? ਕਰਨਗੇ ਜੀ। ਕੀ ਨਾ ਭਾਈ ਤੁਹਾਡਾ? ਮੇਰਾ ਨਾਮ ਪ੍ਰਭਸਿਮਰਨ ਜੀ। ਸੋ ਹੈਟ੍ਰਿਕ ਦੀ ਬੜੀ ਖੁਸ਼ੀ ਹੁੰਦੀ ਹੈ ਗੁਰਜੀਤ ਸਿੰਘ ਔਜਲਾ ਤੀਸਰੀ ਵਾਰ ਮੈਦਾਨ 'ਚ, ਲੱਗਦਾ ਹੈਟ੍ਰਿਕ ਕਰਨਗੇ? ਬਿਲਕੁਲ ਜੀ ਬਿਲਕੁਲ, ਕੰਮ ਬੋਲਦੇ ਨੇ, ਕੰਮ ਬੋਲਦੇ ਨੇ ਅਤੇ ਲੋਕ ਕੀ ਬੋਲਣਗੇ? ਲੋਕ ਉਹਨਾਂ ਦੇ ਹੱਕ 'ਚ ਬੋਲਣਗੇ ਜੀ, ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਬੋਲਣਗੇ ਔਰ ਲੋਕ, ਔਰ ਲਗਾਤਾਰ ਜਿਹੜੀ ਹੈਟ੍ਰਿਕ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਸੋ ਦਿਲ ਦੀ ਸੁਣੋ, ਔਜਲਾ ਚੁਣੋ। ਸੋ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਲਗਾਤਾਰ ਜਿਹੜਾ ਚੋਣ ਪ੍ਰਚਾਰ ਉਹ ਤੁਸੀਂ ਦੇਖ ਸਕਦੇ ਹੋ ਹਲਕਾ ਦੱਖਣੀ ਦੇ ਵਿੱਚ ਉਹ ਕੀਤਾ ਜਾ ਰਿਹਾ, ਔਰ ਲੋਕ ਜਿਹੜੇ ਆ ਲੋਕ ਵੀ ਜਿਹੜੇ ਆ ਉਹਨਾਂ ਨਾਲ ਚੱਲ ਰਹੇ ਔਰ ਪਿਆਰ ਦੇ ਰਹੇ ਆ। ਸੋ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਉਹਨਾਂ ਦੀ ਵਾਈਫ, ਉਹਨਾਂ ਦੀ ਬੇਟੀ ਅਤੇ ਬੇਟਾ ਵੱਲੋਂ ਲਗਾਤਾਰ ਆਪਣੇ ਪਰਿਵਾਰ ਦੇ ਨਾਲ, ਸਮਰਥਕਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ।